ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਆਪਣੀ ਫੇਸਬੁੱਕ ਦੀਆਂ ਪੁਰਾਣੀਆਂ ਫੋਟੋਆਂ ਦੇਖਣ ਲੱਗੇ ਤੇ ਦੇਖ ਕੇ ਚਲੋ ਯਾਦਾਂ ਤਾਰੀਆਂ ਕਰਦੇ ਨਾਲ ਆਪਾਂ ਰੈਕਸ਼ਨ ਕਰਦੇ ਕਿੱਦਾਂ ਦੀ ਦੀ ਸੀ ਚਲੋ ਓਪਨ ਕਰੀਏ ਫੇਸਬੁੱਕ ਓਪਨ ਕਰ ਲਈ ਤੇ ਨੈਕਸਟ 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 ਪਹਿਲੀ ਫੋਟੋ ਵਾਹ ਵੀ ਵਾਹ ਐਸਾਈਡ ਪੋਜ ਮੁੰਡੇ ਦਾ ਇਹ ਖਿੱਚੀ ਸੀਗੀ ਵਿਆਜ ਗ੍ਰੀਨ ਪੈਡ ਚ ਸੀ ਇਹ ਖਿੱਚੀ ਸੀ ਡੈਡੀ ਦੇ ਫੋਨ ਚ ਨੋਕੀਆ 5 ਸੀ ਪਤਾ ਨਹੀਂ S5 5 ਮੈਗਾਪਿਕਸਲ ਕੈਮਰਾ ਹੁੰਦਾ ਸੀ ਜਦ ਬੜੀ ਘੈਂਟ ਫੋਟੋ ਆਈ ਸੀ ਉਦੋਂ ਅਪਲੋਡ ਕੀਤੀ ਸੀਗੀ ਇਹ ਨੈਕਸਟ ਫੋਟੋ ਇਹ ਗਏ ਸੀ 크리스마ਸ ਤੇ ਦੀਵਾਲੀ ਸੱਚ 크리스마ਸ ਤੇ ਦਿੱਲੀ ਦਿੱਲੀ ਗਏ ਹੋਇਆ ਸੀ ਮੈਂ ਦਿੱਲੀ ਬੂਆ ਕੋਲ ਬੂਆ ਉੱਥੇ ਫਿਰ 크리스마ਸ ਇੰਜੋਏ ਕਰ ਰਹੇ ਸੀਗੇ ਤਾ ਕਿ ਚੀਜ਼ ਸੀਗੀ ਮੈਨਾਂ ਇਸ ਨੂੰ ਵੀਰਗੇ ਸੀਗੀ ਇਹ ਅਗਲੀ ਫੋਟੋ ਆਏ ਮੁੰਡਾ ਸੋਹਣੀ ਏ ਨਹੀਂ ਆਈਫੋਨ ਵਰਗਾ ਇਹ ਉਦੋਂ ਐਪਲੀਕੇਸ਼ਨ ਆਈ ਸੀਗੀ ਤੇ ਆਪਾਂ ਐਪ ਵਿੱਚ ਪਾ ਕੇ ਫੋਟੋ ਇਹ ਅਪਲੋਡ ਕੀਤੀ ਸੀਗੀ ਫਿਰ ਫੇਸਬੁੱਕ ਤੇ ਤੇ ਅਗਲੀ ਫੋਟੋ ਮੇਰੇ ਕੋਲੇ ਦੂਜਾ ਫੋਨ ਹੁੰਦਾ ਸੀਗਾ ਕਾਰਬੰ ਦਾ ਪਹਿਲਾਂ ਮੇਰੇ ਕੋਲ ਹੁੰਦਾ ਸੀ ਨੋਕੀਆ ਤੇ ਉਹ ਚੱਕ ਹੋ ਗਿਆ ਸੀ ਕਿਸੇ ਚੱਕ ਲਿਆ ਸੀਗਾ ਘਰ ਤੇ ਉਹ ਤੇ ਇਹ ਮੇਰੇ ਕੋਲ ਦੂਜਾ ਕਾਰਮ ਦਾ ਫੋਟੋ ਫੋਨ ਹੁੰਦਾ ਸੀ ਇਹਦਾ ਫੋਟੋ ਵਿੱਚ ਹੀ ਖਿੱਚੇ ਕਰਦੇ ਸੀ ਬਹੁਤ ਜ਼ਿਆਦਾ ਸੀ ਇਹ ਅਗਲੀ ਫੋਟੋ ਮੈਂ ਪਹਿਲੀ ਵਾਰ ਪੱਗ ਬੰਨੀ ਸੀ ਉਹਦੇ ਦੂਜੀ ਵਾਰ ਹਾਂ ਪਹਿਲੀ ਵਾਰ ਕਿਤੇ ਨਾ ਦੇ ਨੈਣਾ ਦੇ ਵੀ ਗਏ ਸੀ ਉੱਥੇ ਬੰਨੀ ਸੀ ਕਿਤੇ ਦੂਜੀ ਵਾਰ ਪੱਗ ਬੰਨੀ ਸੀ ਵਿਆਹ ਤੇ ਮੈਂ ਜਿਆਦਾ ਲੜ ਰੱਖਣਾ ਨਹੀਂ ਹੁੰਦਾ ਤਾਂ ਪਹਿਲਾ ਪਹਿਲਾ ਪਤਾ ਹੀ ਨਹੀਂ ਲੱਗਦਾ ਕਿ ਕਿੱਦਾਂ ਰੱਖਾਂ ਬਟ ਵਧੀਆ ਬੰਨੀ ਸੀ ਲੁਕਿੰਗ ਦੇਖੋ ਤਿੰਨਾਂ ਸਤ ਤਰੀਕ ਮੀਚਿੰਗ ਤੇ ਆਪਣਾ ਪੰਜੀਨ ਦੀ ਪੈਂਟ ਨਾਲ ਹੋ ਪਾਇਆ ਵਾ ਖੁੱਸਾ ਪੰਜਾਬੀ ਜੁੱਤੀ ਠੀਕ ਹੈ ਠੀਕ ਹੈ ਗੁੱਡ ਗੁੱਡ ਲੁਕਿੰਗ ਤੇ ਅਗਲੀ ਫੋਟੋ ਆਪਣੀ ਬੱਲੇ ਬੱਲੇ ਕਿੱਥੇ ਝਾੜੀਆਂ ਚ ਬੈਠਾ ਬਾਪਰੇ ਬਾਪ ਫੋਟੋ ਨਾਲ ਜਾਵੇ ਕੁਸ ਸ਼ੌਂਕ ਸੀ ਕਰੇਸੀ ਫੋਟੋ ਮੇਟ ਜਿੱਥੇ ਜਗ੍ਹਾ ਮਿਲਦੀ ਸੀ ਖਿੱਚ ਲੈਂਦੇ ਸੀ ਤੇ ਅਗਲੀ ਫੋਟੋ ਸਕੂਲ ਵਾਲੀ ਵਾਹ ਵੀ ਵਾਹ ਐਂ ਜੁੱਤੀ ਪੈਂਟ ਕੋਡ ਪਾਈ ਫਿਰਦਾ ਮੁੰਡਾ ਸਕੂਲ ਨੂੰ ਜਾਈ ਫਿਰਦਾ ਹੈ ਘੈਂਟ ਸੀ ਫੋਟੋ ਇਹ ਰੋਪੜ ਲੋਕੇਸ਼ਨ ਆ ਟਿੱਬੇ ਤੇ ਤੁਹਾਨੂੰ ਇੱਕ ਵਾਰੀ ਬਲੌਗ ਚ ਜ਼ਰੂਰ ਦਿਖਾਵਾਂਗਾ ਲੈ ਕੇ ਜਾਵਾਂਗੇ ਵਧੀਆ ਲੋਕੇਸ਼ਨ ਆ ਇਹ ਨੈਕਸਟ ਫੋਟੋ ਇਹ ਆਪਾਂ ਦਿੱਲੀ ਖੇਚੀ ਸੀ ਜਦੋਂ ਮੈਂ ਨਾਲ ਬੀਬੀ ਘੁੰਮਣ ਗਏ ਹੋਏ ਸੀ ਦਿੱਲੀ ਤੇ ਅਗਲੀ ਫੋਟੋ ਇਹ ਘਰੇ ਖਿੱਚੀ ਸੀ ਇਹ ਕਰੇਜ ਜਿਹਾ ਹੁੰਦਾ ਸੀਗਾ ਪਿੱਛੇ ਬੈਕਗ੍ਰਾਉਂਡ ਬਲੈਕ ਕਰਦੇ ਫਿਰ ਮੈਂ ਐਪਲੀਕੇਸ਼ਨ ਡਾਊਨਲੋਡ ਕਰੀ ਪਿਕਸਲਸ ਹੋਰ ਪਿੱਛੇ ਦੇ ਕਾਲਾ ਕਾਲਾ ਕਰਿਆ ਜਦ ਐਨਾ ਪਤਾ ਨਹੀਂ ਹੁੰਦਾ ਸੀਗਾ ਕਲੀ-ਕਲੀ ਫੋਟੋ ਆ ਪਿੱਛੇ ਜਾਏ ਕਾਲਾ ਕਾਲਾ ਬਰਸ਼ ਫੇਰੇਆ ਤੇ ਅਗਲੀ ਫੋਟੋ ਇਹ ਵੀ ਰੋਪੜ ਖੇਚੀ ਸੀ ਇਹ 15 ਅਗਸਤ ਸੀ ਸਮਥਿੰਗ ਉਦੋਂ ਪ੍ਰਭਜੋ ਦਾ ਜਨਮ ਸੀਗਾ ਜਨਮ ਦਿਨ ਸੀਗਾ ਤੇ ਅਸੀਂ ਸੈਲੀਬ੍ਰੇਟ ਕਰਨ ਗਏ ਸੀ ਇਹ ਮਹਾਰਾਜਾ ਜੇਜ ਸਿੰਘ ਪਾਰਕ ਦੀ ਆ ਆ ਵੀਰ ਉਹਦੇ ਤੋਂ ਸੋਹਣੀਆਂ ਸੋਹਣੀਆਂ ਫੋਟੋ ਸ਼ੁਰੂ ਹੋ ਜਾਨੀਆਂ ਉਹ ਦੇਖੀ ਆਏ ਤੁਸੀਂ ਇਹ ਪਹਿਲੀ ਔਟੋ ਇਹ ਵੀ ਆਪਣੀ ਟਿੱਬੀ ਤੇ ਖਿੱਚੀ ਹੋਈ ਸੀ ਮਾਫ ਕਰ ਮੈਂ ਮਾਰੇ ਬਿੱਕ ਨੂੰ ਕਿਹਾ ਫੋਟੋ ਜਦੇ ਕਲਿੱਕ ਕਰ ਲਈ ਦੂੰ ਜਦੇ ਉਹਨਾਂ ਕਲਿੱਕ ਕਰ ਲਈ ਫੋਟੋ ਜਦ ਮਾਫਲ ਉੱਪਰ ਨੂੰ ਮਾਰੇ ਜਦੇ ਕਲਿੱਕ ਕਰ ਲਈ ਉਹ ਪੰਜ ਛੇ ਲਗਾਤਾਰ ਛੋੜ ਲਏ ਹੋਂ ਜਿਹੜੇ ਆਪਣੇ ਉਹ ਕੀਤੇ ਸੀਗੇ ਫਿਰ ਵਧੀਆ ਗਈ ਸੀ ਫੋਟੋ ਤੇ ਨੈਕਸਟ ਫੋਟੋ ਇਹ ਪਿੰਡ ਵਾਲੀ ਵੀ ਲਾਈਨ ਤੇ ਖਿੱਚੀ ਹੋਈ ਸੀ ਮੈਨੂੰ ਕਈਆਂ ਨੇ ਕਮੈਂਟ ਮਾਰਿਆ ਵੀ ਤੁਹਾਨੂੰ ਹੋਰ ਜਗ੍ਹਾ ਨਹੀਂ ਮਿਲੀ ਫੋਟੋ ਖਿੱਚਣੇ ਨੂੰ ਮੈਂ ਜਿੱਥੇ ਜਗ੍ਹਾ ਮਿਲਦੀ ਉੱਥੇ ਖਿੱਚ ਲਈਦੀ ਫੋਟੋ ਆਪਾਂ ਤੇ ਇਹ ਆਪਾਂ ਨਾਨਕੇ ਖਿੱਚੀ ਸੀਗੀ ਫੋਟੋ ਤੇ ਇਹ ਵੀ ਨਾਨਕੇ ਖਿੱਚੀ ਸੀਗੀ ਮੈਂ ਮਾਮੇ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਚਲ ਫੋਟੋ ਖਿੱਚ ਜਲਦੀਏ ਇੱਕ ਦੀ ਖੜੀ ਇੱਕੇ ਚ ਸਪੈਸ਼ਲ ਗਏ ਪਰ ਨਾ ਪੁੰਨਾ ਬਣ ਗਏ ਡੀ ਫੋਟੋ ਗਿੰਨੀ ਸਿੰਘ ਨੇ ਖਿੱਚੀ ਸੀ ਲਾਈਨ ਤੇ ਤੇ ਇਹ ਵੀ ਲਾਈਨ ਤੇ ਖਿੱਚੀ ਗਈ ਮੋਸਟਲੀ ਫੋਟੋਆਂ ਸਾਰੀਆਂ ਲਾਈਨ ਤੇ ਖਿੱਚੀਆਂ ਗਈਆਂ ਨੈਕਸਟ ਫੋਟੋ ਇਹ ਵੀ ਸੈਕਲ ਵਾਲੀ ਲਾਈਨ ਤੇ ਖਿੱਚੀ ਗਈ ਆ ਤੇ ਅਸੀਂ ਸ਼ੂਟ ਕਰਨ ਜਾਂਦੇ ਹੁੰਦੇ ਮੋਸਟਲੀ ਜ਼ਿਆਦਾਤਰ ਕੈਮਰੇ ਦਾ ਕੰਮ ਕਰਦਾ ਸੀ ਕਿੰਨੀ ਯਾਦ ਅਸੀਂ ਓਰੀਜਨ ਲਾਈਨ ਤੇ ਚੱਲ ਜਾਂਦੇ ਫੋਟੋ ਖਿੱਚਣ ਜਾਂ ਫੋਟੋ ਦਾ ਗ੍ਰੇਜੂਏ ਹੁੰਦਾ ਸੀ ਉਹ ਖਿੱਚੀਆਂ ਫੋਟੋਆਂ ਇਹ ਵੀ ਗਿੰਨੀ ਸਿੰਘ ਨੇ ਖਿੱਚੀ ਹੋਈ ਆ ਫੋਟੋ ਅਸੀਂ ਪੰਜੋਰੀ ਗਏ ਸੀ ਘੁੰਮਣ ਮਨੀ ਮੈਂ ਕਾਕੂ ਤੇ ਗਿੰਨੀ ਤੇ ਉੱਥੇ ਫੋਟੋ ਖਿੱਚੀ ਸੀ ਜਦ ਕੱਚੇ ਘਰ ਬੰਦੇ ਸੀਗੇ ਇਹ ਇਹ ਫੋਟੋ ਮੈਂ ਵਿੱਕੀ ਦੇ ਕੈਮਰਾ ਲੈ ਕੇ ਐਸੀ ਛੋਟਾ ਕੈਮਰਾ ਹੁੰਦਾ ਸੀਗਾ ਜਿਆਦਾ ਮੈਂ ਕੈਮਰਾ ਲੈ ਕੇ ਆਇਆ ਮੈਨ ਨਾਲੇ ਬਲੇਹਰ ਕੇ ਫੋਟੋ ਖਿੱਚਣ ਲੈਂਦੇ ਹੂੰ ਮੈਂ ਕਿਹਾ ਬਲੇ ਫੋਟੋ ਖਿੱਚ ਕੇ ਆਉਂਦੇ ਕੈਮਰਾ ਲੈ ਕੇ ਆਇਆ ਮੈਂ ਕੈਮਰੇ ਚ ਦਾ ਫੋਟੋ ਦੀ ਕੁਆਲਿਟੀ ਵਧੀਆ ਸੀ ਕੈਮਰੇ ਦੀ ਸਕਰੀਨ ਚ ਜਦੋਂ ਫੋਨ ਚ ਪਾਵੇ ਉਹ ਜਮਾਂ ਦੇ ਬੇਕਾਰ ਮੈਂ ਕਿਹਾ ਨਹੀਂ ਯਾਰ ਇਹ ਤਾਂ ਕੰਮ ਬੰਦ ਦਾ ਨਹੀਂ ਫਿਰ ਫੋਨ ਨਾਲ ਕੰਮ ਕਰਨ ਦਾ ਪੈਣਾ ਫੋਨ ਨਾਲ ਫੋਟੋ ਖਿੱਚੀ ਸੀਗੀ ਇਹ ਵੀ ਬਟ ਵਧੀਆ ਆ ਗਈ ਸੀ ਐਡੀਟਰੀ ਡਿਊਟੀ ਕਰਕੇ ਗੰਦ ਮੰਦ ਜਿਹਾ ਪਾ ਕੇ ਐਡੀਟਿੰਗ ਕਰਕੇ ਵਧੀਆ ਆ ਗਈ ਸੀ ਉਹੜੋ ਇਹ ਮੈਂ ਬੀਬੀ ਨੂੰ ਕੋਠੇ ਪੱਲੀ ਕੇ ਗਿਆ 15-20 ਮਿੰਟ ਲੱਗੇ ਫੋਟੋ ਖਿੱਚਣ ਨੂੰ ਟੇਬਲ ਆ ਟਰਾਈਪੋਡ ਲਾਇਆ ਫੋਟੋ ਖਿੱਚਣੇ ਨੂੰ ਤੇ ਬੀਬੀ ਨੂੰ ਕਿਹਾ ਮੈਂ ਐਦਾਂ ਮਨ ਉਠਾ ਲਈ ਮੈਂ ਫੋਟੋ ਦੇਖੀ ਸੀਗੀ ਥੋੜਾ ਪੜਿਆ ਸੀਗਾ ਤਾਂ ਮਨੋ ਮਾਈਂਡ ਜਾਇਆ ਮੈਂ ਚੱਲ ਖਿੱਚ ਦੇ ਤੇ ਨੈਕਸਟ ਫੋਟੋ ਇਹ ਵੀ ਲਾਈਨ ਤੇ ਖਿੱਚੀ ਹੋਈ ਆ ਕੈਮਰੇ ਨਾਲ ਹੈ ਤੇ ਆ ਵੀ ਲਾਈਨ ਤੇ ਖਿੱਚੀ ਹੋਈ ਆ ਤੇ ਇਹ ਵੀ ਬਹਿ ਕੇ ਤੁਹਾਨੂੰ ਪਤਾ ਲੱਗਦਾ ਲਾਈਨ ਤੇ ਬਹਿ ਕੇ ਖਿੱਚੀ ਹੋਈ ਆ ਮੇਰੀ ਮੋਸਟਰੀ 60% ਫੋਟੋ ਲਾਈਨ ਤੇ ਖਿੱਚੀਆਂ ਗਈਆਂ ਏ ਨੇ ਦੇਖ ਜਾਈਆਂ ਕਿਉਂਕਿ ਲੋਕੇਸ਼ਨ ਹੁੰਦੀ ਸੀ ਕੋਈ ਲੋਕੇਸ਼ਨ ਇੱਧਰ ਹਰੀ ਭਰੀ ਗ੍ਰੀਨਰੀ ਹੁੰਦੀ ਸੀ ਤਾਂ ਕਰਕੇ ਮੋਸਟਲੀ ਫੋਟੋਆਂ ਹੋਈ ਖਿੱਚੀਆਂ ਸੀ ਵਧੀਆ ਫੋਟੋਆਂ ਆਉਂਦੀਆਂ ਸੀ ਸਾਰੀਆਂ ਤੁਸੀਂ ਦੇਖ ਲਏ ਆ ਘੈਂਟ ਸੀ ਫੋਟੋਆਂ ਸਾਰੀਆਂ ਇਹ ਆਪਣਾ ਸੌਂਗ ਦਾ ਪੋਸਟਰ 1 ਜਨਵਰੀ 2019 ਨੂੰ ਆਇਆ ਸੀ ਜਿੰਨੇ ਨਹੀਂ ਸੁਨੇ ਆ ਉਹ YouTube ਤੇ ਜਾ ਕੇ ਸੁਣ ਸਕਦਾ ਹੈ ਵਧੀਆ ਸੀ ਗਾਣਾ ਸ਼ੁਰੂਆਤ ਸੀ ਪਤਾ ਲੱਗਿਆ ਕੁਝ ਨਵਾਂ ਨਵਾਂ ਵਧੀਆ ਸੀ ਇਹ ਇਹ ਫੋਟੋ ਸਟੂਡੀਓ ਚ ਖਿੱਚੀ ਸੀ ਤੇ ਇਹ ਬੂਆ ਕੋ ਸੋਨੂ ਵੀਰ ਨੇ ਤੇ ਇਹ ਫੋਟੋ ਅਸੀਂ ਆਈਆਈਟੀ ਇੰਸਟੀਚਿਊਟ ਰੋਪੜ ਖਿੱਚੀ ਸੀ ਨਲਜੀਤ ਦਸਾਂਜਣਾ ਆਉਣਾ ਸੀ ਤਾਂ ਲਾਈਵ ਸ਼ੋਅ ਦੇਖਣ ਗਏ ਸੀ ਮੈਂ ਸੋਨੂ ਵੀਰਾ ਤੇ ਹਨੇਕ ਵੀਰ ਤਾਂ ਉੱਥੇ ਸਾਈਕਲ ਲੈ ਕੇ ਕਿਸੇ ਦੇ ਮੰਗ ਗਏ ਤਾਂ ਫੋਟੋ ਵਿੱਚ ਸੀ ਵਧੀਆ ਆ ਗਈ ਸੀ ਇਹ ਵੀ ਇਹ ਗਾਣਾ ਸ਼ੂਟ ਕਰ ਰਹੇ ਸੀਗੇ ਤਾਂ ਫੋਟੋ ਖਿੱਚੀ ਸੀਗੀ ਤੇ ਇਹ ਨੈਕਸਟ ਲੁਧਿਆਣਾ ਗਏ ਹੋਏ ਸੀ ਮੈਂ ਨਾਲੇ ਕਾਕੂ ਉੱਥੇ ਫੋਟੋ ਖਿੱਚੀ ਸੀ ਬਲੈਕ ਕਮੀਜ਼ ਵਿੱਚ ਤੇ ਆ ਕੁਰਤੇ ਪਜਾਮੇ ਵਾਲੀ ਪਹਿਲਾਂ ਖਿੱਚੀ ਹੋਈ ਸੀਗੀ ਤੇ ਆਹ ਲਾਸਟ ਫੋਟੋ ਆਪਣੀ ਇਹ सोनू ਵੀਰ ਦੇ ਵਿਆਹ ਤੇ ਖਿੱਚੀ ਹੋਈ ਸੀਗੀ ਤੇ ਇਹਦੇ ਬਾਅਦ ਆਪਾਂ ਕੋਈ ਅਪਲੋਡ ਨਹੀਂ ਕੀਤੀ ਖਿੱਚੀਆਂ ਸੀਗੀਆਂ ਬਟ ਅਪਲੋਡ ਨਹੀਂ ਕੀਤੀ ਤੇ ਇਹੀ ਸੀ ਆਪਣੀ ਫੇਸਬੁੱਕ ਦੀ ਜਰਨੀ ਹਮ ਤਾਂ ਬਹੁਤ ਕਲਿੱਕ ਕੀਤੀਆਂ ਸੀ ਬਟ ਚਲੋ ਇੱਕ ਫਾਇਦਾ ਵੀ ਆ ਫੇਸਬੁੱਕ ਦਾ ਨੁਕਸਾਨ ਵੀ ਆ ਅੱਜ ਦੇ ਕੱਲ ਦੇ ਯੂਥ ਮੇਰੇ ਵਰਗੀ 24 ਘੰਟੇ ਫੇਸਬੁੱਕ ਲੱਗੇ ਰਹਿੰਦੀ ਆ ਬਟ ਆ ਵੀ ਆ ਮੈਮਰੀ ਵੀ ਸੇਵ ਕਰਕੇ ਰੱਖਦੀ ਆ ਆਪਣੀ ਫੋਟੋ ਸੇਵ ਕਰੀ ਰੱਖਦੀ ਆ ਪ੍ਰੀਸ਼ੀਅਸ ਮੂਮੈਂਟ ਉਹਨਦੇ ਕੁਝ ਆਪਣੇ ਸੇਵ ਕਰ ਲੈਂਦੀ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਫੋਟੋ ਵਧੀਆ ਲੱਗੀਆਂ ਤਾਂ ਲਾਈਕ ਕਰਿਓ ਕਮੈਂਟ ਜ਼ਰੂਰ ਕਰਦੇ ਹੋ ਦੱਸਿਓ ਵੀ ਕਿੱਦਾਂ ਲੱਗੀ ਆ ਤੇ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਮੇਰੀ ਵੀ ਮਿਹਨਤ ਲੱਗੀ ਆ ਤੁਹਾਨੂੰ ਵੀ ਦੇਖਣ ਚ ਵਧੀਆ ਲੱਗੂਗੀ ਚਲੋ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਕੇ ਆਪਣੇ ਸੰਜੜਾ ਬੈਲੀਆ ਨਾਲ ਵੀਊ ਸਾਡੇ ਵੀ ਵਧਾਓ ਥੈਂਕ ਯੂ